ਆ ਰਹੀਆਂ ਨੇ ਉਹਨਾਂ ਦੇ ਜਿਹੜੇ ਮੇਨ ਮੁਲਜ਼ਮ ਨੇ ਚਾਰ ਮੁਲਜ਼ਮ ਸੀਗੇ ਉਹ ਅੱਡ ਅੱਡ ਏਰੀਏ 'ਚ ਆਪਰੇਟ ਕਰਦੇ ਸੀਗੇ ਉਹ ਆਪਣੇ ਏ ਸੀ ਪੀ ਸੈਂਟਰ ਵਰਿਆਮ ਸਿੰਘ ਜੀ ਅਤੇ ਆਪਣੇ ਇੰਸਪੈਕਟਰ ਡਿਵੀਜ਼ਨ ਨੰਬਰ 4 ਦੇ ਸਤਵੰਤ ਸਿੰਘ ਇਹਨਾਂ ਨੇ ਟੀਮਾਂ ਬਣਾ ਕੇ ਚਾਰੇ ਦੇ ਚਾਰੇ ਉਹ ਅੱਡ ਅੱਡ ਨਾਕੇ ਪੈਟਰੋਲਿੰਗ ਪਾਰਟੀਆਂ 'ਚ ਫੜੇ ਇਹਨਾਂ ਚਾਰਾਂ ਤੋਂ 35 ਮੋਬਾਈਲ ਰਿਕਵਰ ਹੋਏ ਨੇ ਹੁਣ ਤੱਕ ਔਰ ਹੋਰ ਸਮਾਨ ਮਿਲਿਆ ਕਮਾਣੀਦਾਰ ਚਾਕੂ ਵੀ ਮਿਲਿਆ ਤਾਂ ਹੀ ਇਹਨਾਂ 'ਤੇ ਚਾਰਾਂ 'ਤੇ ਵੱਖੋ ਵੱਖਰੇ ਪਰਚੇ ਦਿੱਤੇ ਗਏ ਨੇ 389B ਪਲੱਸ 411 ਇਹ ਵਾਰਦਾਤਾਂ ਮੰਨੇ ਨੇ 40-50 ਵਾਰਦਾਤਾਂ ਮੰਨੇ ਨੇ ਇਸ ਏਰੀਏ ਦੀਆਂ ਜਿਨ੍ਹਾਂ 'ਚੋਂ 35 ਦੇ ਕਰੀਬ ਅਸੀਂ ਮੋਬਾਈਲ ਰਿਕਵਰ ਕਰ ਲਏ ਹੁਣ ਇਹ ਮੋਬਾਈਲ ਕਿੱਥੇ ਵੇਚਦੇ ਸੀ ਕੀ ਕਰਦੇ ਸੀਗੇ ਉਹ ਅਸੀਂ ਰਿਮਾਂਡ ਲੈ ਕੇ ਇਹਨਾਂ ਤੋਂ ਫਰਦਰ ਇਨਵੈਸਟੀਗੇਟ ਕਰ ਰਹੇ ਇਹ ਪਿਛਲੇ 1.5-2 ਸਾਲ ਤੋਂ ਇਹਨਾਂ ਦਾ ਕੰਟੀਨਿਊਸਲੀ ਚੱਲ ਰਿਹਾ ਸੀ ਪਰ ਇਹ ਪਹਿਲਾਂ ਦੋ ਮੁਕੱਦਮੇ ਇਹਨਾਂ ਸਾਰਿਆਂ 'ਤੇ ਰਜਿਸਟਰ ਹੋਏ ਹੋਏ ਨੇ ਇਹ ਬੇਲ 'ਤੇ ਆਏ ਸੀਗੇ ਤਕਰੀਬਨ 1.5-2 ਮਹੀਨੇ ਪਹਿਲਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਫਿਰ ਸ਼ੁਰੂ ਕਰ ਲਿਆ ਆਪਣਾ ਕੰਮ ਤਾਂ ਫੜੇ ਗਏ ਗੈਂਗ ਨਹੀਂ ਹੈ ਇੱਕ ਅੱਗੇ ਚਾਰਿਆਂ 'ਤੇ ਅੱਡ ਅੱਡ ਕੇਸ ਰਜਿਸਟਰ ਹੋਇਆ ਚਾਰ ਮੁਕੱਦਮੇ ਦਰਜ ਹੋਏ ਨੇ ਚਾਰੋਂ ਵੱਖਰੇ ਵੱਖਰੇ ਤੌਰ 'ਤੇ ਫੜੇ ਗਏ ਅਲੱਗ ਅਲੱਗ ਥਾਵਾਂ ਤੋਂ ਫੜੇ ਕਿੰਨੇ ਬੰਦੇ ਇਹ ਬੇਲ 'ਤੇ ਆਏ ਸੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਹੀ ਇਹਨਾਂ ਦੇ ਨਾਕੇ ਪੈਟਰੋਲਿੰਗ ਪਾਰਟੀਆਂ 'ਤੇ ਇਹ ਫੜੇ ਨੇ ਮੁਖਬਰ ਦੀ ਖਾਸ ਇਨਫੋਰਮੇਸ਼ਨ ਸੀਗੀ ਉਹ ਵਰਿਆਮ ਸਿੰਘ ਅਤੇ ਇੰਸਪੈਕਟਰ ਸਾਹਿਬ ਨੇ ਅਪ ਡਿਵੈਲਪ ਕੀਤੀ ਤਾਂ ਇਹ ਚਾਰੇ ਦੇ ਚਾਰੇ ਫੜੇ ਗਏ ਅਤੇ ਕੀ ਨਾਮ ਆ ਸਰ ਇਹਨਾਂ ਦਾ ਕਿੱਥੋਂ ਰਹਿਣਾ ਇਹ ਮੇਨ ਹੈਗਾ ਆਸ਼ੂ ਇੱਕ ਜਿਹਦੇ ਤੋਂ ਕਮਾਣੀਦਾਰ ਚਾਕੂ ਵੀ ਮਿਲਿਆ ਔਰ ਦੀਪਕ ਰੋਸ਼ਨ ਅਤੇ ਰਾਜਕੁਮਾਰ ਇਹ ਸਾਰਿਆਂ ਦੇ ਦੋ ਮੁਕੱਦਮੇ ਆਲਰੇਡੀ ਰਜਿਸਟਰਡ ਨੇ ਲੁੱਟਾਂ ਕੋਲ ਸਾਰੇ ਜਿਹੜੇ ਆਰੋਪੀ ਆ ਉਹ ਜ਼ਮਾਨਤ 'ਤੇ ਆਏ ਸੀ ਬਾਹਰ ਇਹ ਤਕਰੀਬਨ 1.5-2 ਮਹੀਨਾ ਇੱਕ ਨੂੰ 3 ਮਹੀਨੇ ਹੋ ਗਏ ਉੱਥੋਂ ਬੇਲ 'ਤੇ ਬਾਹਰ ਆਏ ਹੋਏ ਠੀਕ ਹੈ ਸਰ ਥੈਂਕ ਯੂ